ਕਿਸਾਨ ਦੋਸਤੋ ਕਣਕ ਦੇ ਵਿੱਚ ਸੁੰਡੀ ਦਾ ਹਮਲਾ ਕਈ ਜਗ੍ਹਾ ਤੇ ਹੋਇਆ ਹੈ। ਕਈ ਕਿਸਾਨ ਵੀਰ ਇਸ ਵੰਦੀ ਫੋਨ ਕਰ ਰਹੇ ਹੈ। ਜਿਵੇਂ ਤੁਸੀਂ ਅੱਗੇ ਆ ਵੀਡੀਓ ਚ ਦੇਖ ਰਹੇ ਹੋ ਕਿ ਕਣਕ ਦੇ ਢੇਰ ਦੇ ਪਾਸੇ ਇਹ ਮਿੰਗਣਾ ਜੀਆਂ ਪਈਆਂ ਜਾਂ ਛਿੱਟਿਆਂ ਦੇ ਉੱਤੇ ਪਈਆਂ ਤੇ ਜਦੋਂ ਅਸੀਂ ਛਿੱਟੇ ਨੂੰ ਫਰੋੜ ਕੇ ਦੇਖਦੇ ਹਾਂ ਤੇ ਉਹਨੂੰ ਐ ਜਿਵੇਂ ਆ ਘੁਣ ਨੇ ਖਾਦਾ ਹੁੰਦਾ ਜਾਂ ਢੋਰਾ ਲੱਗਿਆ ਹੁੰਦਾ ਇਸ ਤਰੀਕੇ ਦੇ ਨਾਲ ਉਹ ਚਮੋਰੀਆਂ ਹੋਈਆਂ ਹੋਈਆਂ। ਤਾ ਕਿਸਾਨ ਵੀਰ ਹੁਣ ਇਹ ਪੁੱਛ ਰਹੇ ਨੇ ਕਿ ਇਹ ਤੇ ਕਿਹੜੀ ਸਪਰੇਅ ਕਰੀਏ ਕੀ ਸਪਰੇਅ ਕਰਨੀ ਜ਼ਰੂਰੀ ਹੈ ਤਾਂ ਵੀਡੀਓ ਸ਼ੁਰੂ ਕਰਾਂ ਇਸ ਤੋਂ ਪਹਿਲਾਂ ਮੈਂ ਕਹਿਣਾ ਚਾਹਾਂਗਾ ਕਿ ਦੋਸਤੋ ਸਾਰੇ ਖੇਤਾਂ ਦੇ ਵਿੱਚ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਪਿਛਲੇ ਸਾਲਾਂ ਦੇ ਤਜਰਬੇ ਦੱਸਦੇ ਹੈ ਕਿ ਜਿਹੜੀ 15 ਦਿਨਾਂ ਤੱਕ ਕਣਕ ਵੱਢਣ ਵਾਲੀ ਹੈ ਉਹਨੇ ਨਾ ਤਾਂ ਕਣਕ ਨੇ ਸਪੋਰਟ ਕਰਨਾ ਟੋੜੀ ਦਵਾਈ ਨੂੰ ਤੇ ਨਾ ਹੀ ਔਰ ਜਿਹੜੀ ਹੈਗੀ ਆ ਸੁੰਡੀ ਉਹਨੇ ਇਸ ਤੋਂ ਕਾ ਨੁਕਸਾਨ ਕਰੇਗੀ ਹਾਂ ਜਿਹੜੀਆਂ ਪਛੇਤੀਆਂ ਬੀਜੀਆਂ ਹੋਈਆਂ ਕਣਕਾਂ ਉਹਨਾਂ ਦੇ ਵਿੱਚ ਆਪਾਂ ਸਪਰੇ ਜੇ ਕਾ ਸੁੰਡੀ ਹੈ ਤਾਂ ਕਰਨੀ ਚਾਹੀਦੀ ਹੈ ਤਾਂ ਇਹ ਕੀ ਹੈ ਕਿਵੇਂ ਹੈ ਕਿਹੜੀ ਸਪਰੇ ਕਰਨੀ ਹੈ ਇਹਦੇ ਬਾਰੇ ਗੱਲ ਕਰਦੇ ਆ ਮੈਂ ਕੁਲਦੀਪ ਸਿੰਘ ਸ਼ੇਰਗੰਗਲਖਾਈ ਫਤਿਹ ਸਾਂ ਪੋਨੇ ਵਾਹ ਕੁੱਜੀ ਖਾਲਸਾ ਵਾਹ ਕੁੱਜੀ ਕੀ ਫਤਿਹ ਆ ਸੁੰਡੀ ਜਿਹੜੀ ਤੁਸੀਂ ਦੇਖਦੇ ਪਏ ਹੋ ਇਹਨੂੰ ਅਸੀਂ ਸੈਨਿਕ ਸੁੰਡੀ ਕਹਿੰਦੇ ਆ ਆਰਮੀ ਵਾਰਮ ਕਹਿੰਦੇ ਆ ਕਈ ਵਾਰੀ ਇਹਦੇ ਨਾਲ-ਨਾਲ ਅਮਰੀਕਨ ਸੁੰਡੀ ਵੀ ਹੁੰਦੀ ਹੈ ਨੇੜੇ ਕੋਈ ਦਾਲਾਂ ਦੂਲਾ ਹੋਣ ਕੋਈ ਛੋਲੇ ਵਗੈਰਾ ਹੋਣ ਜਾਂ ਬਰਸੀਮ ਵਗੈਰਾ ਹੋਵੇ ਤਾਂ ਅਮਰੀਕਨ ਸੁੰਡੀ ਵੀ ਕਈ ਵਾਰੀ ਨਾਲ ਹਮਲਾ ਕਰਦੀ ਹੈ ਤਾਂ ਅਕਸਰ ਜਿਹੜੀ ਸੈਨਿਕ ਸੁੰਡੀ ਹੈ ਇਹ ਉਹਨਾਂ ਸਾਲਾਂ ਦੇ ਵਿੱਚ ਆਉਣ ਦੇ ਚਾਂਸ ਜ਼ਿਆਦਾ ਹੁੰਦੇ ਹੈ ਜਦੋਂ ਸਰਦੀਆਂ ਥੋੜੀਆਂ ਜੀਆਂ ਲੰਮੀਆਂ ਹੋ ਜਾਣ ਤਾਂ ਉਸ ਟਾਈਮ ਤੇ ਜਿਹੜਾ ਹੈਗਾ ਇਹਦੇ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ ਤਾਂ ਇਹ ਆਉਣ ਤੋਂ ਬਾਅਦ ਦੇ ਵਿੱਚ ਜਿਹੜਾ ਛਿੱਟੇ ਦੇ ਵਿੱਚੋਂ ਜਿਹੜਾ ਦਾਣਾ ਹੈਗਾ ਉਹਨੂੰ ਐਂ ਖਾਂਦੀ ਹੈ ਉਚਮੋਰੀ ਕਰਦੀ ਹੈ ਜਿਵੇਂ ਆਪਾਂ ਉਹਨੂੰ ਕਹੀਏ ਕਿ ਕਣਕ ਲੱਗੀ ਹੋਵੇ ਇਸ ਤਰ੍ਹਾਂ ਦਿਖਾਈ ਦਿੰਦੀ ਹੈ ਤਾਂ ਜਿਹੜੀਆਂ ਕਣਕਾਂ ਹੁਣ ਇਸ ਸਮੇਂ ਅੱਜ ਹੈਗਾ 4 April 2024 ਤੁਹਾਨੂੰ ਪਤਾ ਹੈ ਕਿ ਅੱਗੇ 10 ਤੋਂ 15 ਦਿਨ ਦੇ ਵਿੱਚ ਵੱਡੀਆਂ ਜਾਣੀਆਂ ਤਾਂ ਉਹਨਾਂ ਕਣਕਾਂ ਦੇ ਵਿੱਚ ਇਹ ਸੁੰਡੀ ਦਾ ਕੋਈ ਬਹੁਤਾ ਕੰਮ ਨਹੀਂ ਹੋਏਗਾ ਬਾਕੀ ਜੇ ਤੁਸੀਂ ਸਪਰੇਅ ਵੀ ਕਰੋਗੇ ਨਾ ਇਸ ਸਮੇਂ ਉਹ ਕਣਕ ਰੰਗ ਬਦਲ ਚੁੱਕੀ ਹੈ ਕਣਕ ਦੀ ਖੁਦ ਜਿਹੜਾ ਹੈਗਾ ਸੈਲਫ ਸੈਪ ਦੀ ਮੂਵਮੈਂਟ ਜ਼ੀਰੋ ਹੋ ਚੁੱਕੀ ਹੈ ਫਿਜ਼ੀਓਲੋਜੀਕਲ ਮੈਚਿਓਰਿਟੀ ਦੇ ਬੁੱਤਾ ਪਹੁੰਚ ਚੁੱਕਾ ਹੈਗਾ ਤਾਂ ਉਹਨਾਂ ਖੇਤਾਂ ਦੇ ਵਿੱਚ ਸਪਰੇਅ ਕਰਨ ਦਾ ਕੋਈ ਬਹੁਤਾ ਲਾਭ ਨਹੀਂ ਹੋਣਾ ਪਰੰਤੂ ਜਿਹੜੀਆਂ ਕਣਕਾਂ ਅਸੀਂ ਪਛੇਤੀਆਂ ਬੀਜੀਆਂ ਹੈ ਜਿਹੜੀਆਂ ਕਣਕਾਂ ਸੀ ਦਸੰਬਰ ਚ ਆ ਕੇ ਬੀਜੀਆਂ ਜੇ ਉਸ ਤੋਂ ਪਿੱਛੋਂ ਬੀਜੀਆਂ ਜੇ ਉਹਨਾਂ ਖੇਤਾਂ ਸੁੰਡੀ ਹੈਗੀ ਇਹ ਤਾਂ ਸਾਨੂੰ ਇਹ ਕੰਟਰੋਲ ਕਰਨੀ ਪਊਗੀ ਤਾਂ ਉਹਨਾਂ ਖੇਤਾਂ ਦੇ ਵਿੱਚ ਕੰਟਰੋਲ ਕਰਨ ਦੇ ਲਈ ਸਾਡੇ ਕੋਲੇ ਦੋ ਦਵਾਈਆਂ ਨੇ ਪਹਿਲੀ ਆਪਾਂ ਦਵਾਈ ਵਰਤਦੇ ਹੁੰਨੇ ਆ ਏਕਿਨੋਲ ਫਾਸ 25 EC ਕਿਨੋਲ ਫਾਸ 25 EC ਜਿਹੜੂ ਤੁਸੀਂ 1 ਕਾ ਲਖਸ ਵਾਲਾ ਸਾਲਟ ਕਹਿੰਦੇ ਹੋ ਇਹ 400 ml 80 ਤੋਂ 100 ਲੀਟਰ ਪਾਣੀ ਚ ਪਾ ਕੇ ਸਪਰੇਅ ਕਰਨੀ ਹੈ ਜਾਂ ਫਿਰ ਕੋਰਾ ਜੇਨ ਵਾਲਾ ਸਾਲਟ 40 ml ਕਿੱਲੇ ਦਾ ਪਰੰਤੂ ਸਪਰੇਅ ਆਈ ਨਹੀਂ ਕਰਨੀ ਇਹ ਧਿਆਨ ਰੱਖਿਓ ਜੋ ਸਪਰੇਅ ਕਦੋਂ ਕਰਨੀ ਹੈ ਇਹ ਸੁੰਢੀ ਦਿਨ ਵੇਲੇ ਤੱਕ ਇਹ ਚ ਹੁੰਦੀ ਨਹੀਂ ਦਿਨੇ ਤਾਂ ਥੱਲੇ ਜਾ ਕੇ ਲੁਕ ਜਾਂਦੀ ਹੈ ਇਹ ਤਾਂ ਰਾਤ ਨੂੰ ਜੇ ਨਿਕਲਦੀ ਹੈ ਇਹਦੇ ਕਰਕੇ ਸ਼ਾਮ ਨੂੰ ਜਿੰਨਾ ਲੇਟ ਹੋ ਸਕੇ ਉਹਨਾਂ ਲੇਟ ਸਪਰੇ ਕਰੋ ਤਾਂ ਕਿ ਸੁੰਡੀ ਨਿਕਲੇਗੀ ਤਾਂ ਆਪਾਂ ਉਹਨੂੰ ਉੱਥੇ ਮਾਰ ਦੇਾਂਗੇ ਜਾਂ ਫਿਰ ਸਵੇਰੇ ਸਾਜਦੇ ਸਾਜਦੇ ਸਪਰੇ ਕਰੋ ਜੇ ਸੁੰਡੀ ਬਾਹਰ ਹੋਵੇ ਤਾਂ ਉਹਦੇ ਉੱਤੇ ਸਪਰੇ ਕਰਕੇ ਆਪਾਂ ਉਹਨੂੰ ਮਾਰ ਸਕੀਏ ਤਾਂ ਦੁਪਹਿਰ ਐ ਸਪਰੇ ਕਰਨ ਦਾ ਦਿਨੇ ਸਪਰੇ ਕਰਨ ਦਾ ਬਹੁਤਾ ਫਾਇਦਾ ਨਹੀਂ ਹੋਣਾ ਸ਼ਾਮ ਨੂੰ ਜਿੰਨਾ ਸ਼ਾਮ ਨੂੰ ਲੇਟ ਕਰ ਸਕਦੇ ਹੋ ਸ਼ਾਮ ਨੂੰ ਸਪਰੇ ਕਰੋ ਸ਼ਾਮ ਨੂੰ ਜਿਹੜਾ ਹੈਗਾ ਆਪਦਾ ਇਹ ਮੈਂ ਨਹੀਂ ਕਹਿੰਦਾ ਕੱਦੀ ਰਾਤ ਨੂੰ ਸਪਰੇਅ ਕਰੋ ਮੈਂ ਇਹ ਨਹੀਂ ਕਹਿ ਰਿਹਾ ਮੈਂ ਕਹਾਂਗਾ ਕਿ ਸ਼ਾਮ ਨੂੰ ਸਪਰੇਅ ਕਰੋ ਮੈਂ ਰਾਤ ਨੂੰ ਨਹੀਂ ਕਹਿ ਰਿਹਾ ਸ਼ਾਮ ਨੂੰ ਜਿੰਨਾ ਕੋਈ ਸ਼ਾਮ ਨੂੰ ਸਪਰੇਅ ਕਰ ਸਕਦੇ ਹੋ ਉਸ ਟਾਈਮ ਸਪਰੇਅ ਕਰੋ ਤਾਂ ਉਹਦੇ ਨਾਲ ਕੰਟਰੋਲ ਮਿਲ ਸਕਦਾ ਮੈਂ ਫੇਰ ਕਹਣਾ ਹੈ ਕਿ ਜਿਹੜੀ ਕਣਕ ਰੰਗ ਵਟਾ ਗਈ ਹੈ ਜਿਹੜੀ ਜਿਹੜਾ ਹੈਗਾ ਉਸ ਕਣਕ ਦੇ ਵਿੱਚ ਹੁਣ ਸਪਰੇਅ ਦਾ ਕੋਈ ਬਹੁਤਾ ਲਾਭ ਨਹੀਂ ਮਿਲਣਾ ਜਿਹੜੀਆਂ ਕਣਕਾਂ ਅਪਸ਼ੇਤੀਆਂ ਬੀਜੀਆਂ ਕਣਕਾਂ ਹਰੀਆਂ ਖੜੀਆਂ ਉਹਨਾਂ ਕਣਕਾਂ ਦੇ ਵਿੱਚ ਆਪਾਂ ਸਪਰੇਅ ਕਰਨਾ ਪਵੇਗਾ ਜੇ ਖੇਤ ਦੇ ਵਿੱਚ ਹੁੰਦੀ ਹੈ ਤਾਂ ਜੇ ਸੁੰਡੀ ਦਾ ਹਮਲਾ ਨਹੀਂ ਹੈ ਫਿਰ ਘਬਰਾ ਕੇ ਸਪਰੇਅ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਸ ਲਈ ਜੇ ਖੇਤ ਦੇ ਵਿੱਚ ਹਮਲਾ ਹੈ ਤੇ ਕਣਕ ਪਛੇਤੀ ਬੀਜੀ ਹੈ ਤਾਂ ਹੀ ਸਪਰੇਅ ਕਰਨ ਦਾ ਡਿਸੀਜਨ ਲੈਣਾ ਹੈ ਤੇ ਜੇ ਸਪਰੇਅ ਕਰਨੀ ਹੈ ਤੇ ਸ਼ਾਮ ਨੂੰ ਕਰਨੀ ਹੈ ਦਿਨੇ ਨਹੀਂ ਕਰਨੀ